ਕਾਰੀ ਦਫਤਰਾਂ ਦਾ ਸਮਾਂ ਬਦਲੇ ਹੈ ਸਮੇਂ ਦੇ ਵਿੱਚ ਬਦਲਾਅ ਹੋਇਆ ਹੈ ਇਸ ਨੂੰ ਲੈ ਕੇ ਪਹਿਲੇ ਚਰਚਾ ਸੀ ਔਰ ਅੱਜ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਹੋਈ ਹੈ ਪਾਵਰ ਕੰਜ਼ਮਪਸ਼ਨ ਨੂੰ ਰਿਡਿਊਸ ਕਰਨ ਲਈ ਇਹ ਸਰਕਾਰ ਵੱਲੋਂ ਫੈਸਲਾ ਗਿਆ ਲਿਆ ਗਿਆ ਔਰ 2 ਮਈ ਤੋਂ 15 ਜੁਲਾਈ ਤੱਕ ਇਹ ਨਵਾਂ ਸਮਾਂ ਲਾਗੂ ਰਹੇਗਾ 7:30 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਰਕਾਰੀ ਦਫਤਰ ਖੁੱਲਣਗੇ ਜੇਕਰ ਤੁਸੀਂ ਕੋਈ ਵੀ ਸਰਕਾਰੀ ਕੰਮ ਕਰਵਾਉਣਾ ਹੈ ਕਿਸੇ ਵੀ ਦਫਤਰ ਦੇ ਵਿੱਚ ਜਾ ਕੇ ਤਾਂ ਐਨੇ ਸਮੇਂ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਆਪਣਾ ਕੰਮ ਕਰਵਾ ਸਕਦੇ ਹੋ ਯਾਨੀ ਕਿ ਜੇਕਰ ਤੁਹਾਡਾ ਕੋਈ ਵੀ ਜੌਬ ਹੈ 9 to 5 ਤਾਂ ਉਸ ਤੋਂ ਪਹਿਲੇ ਜਾ ਕੇ ਤੁਸੀਂ ਆਪਣਾ ਸਰਕਾਰੀ ਕੰਮ ਕਿਸੇ ਵੀ ਦਫ਼ਤਰ ਵਿੱਚ ਜਾ ਕੇ ਕਰਵਾ ਸਕਦੇ ਹੋ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਜਾਂਦਾ ਹੈ ਔਰ ਇਸ ਨੂੰ ਲੈ ਕੇ ਅੱਜ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਉਸ ਵਿੱਚ ਪਕਾਇਦਾ ਲਿਖਿਆ ਵੀ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਇਸ ਕਰਕੇ ਲਿਆ ਗਿਆ ਤਾਂ ਕਿ ਪਾਵਰ ਕੰਜ਼ਮਪਸ਼ਨ ਨੂੰ ਰਿਡਿਊਸ ਕੀਤਾ ਜਾ ਸਕੇ ਜਿਸ ਵੇਰ ਦੇ ਸਮੇਂ ਸਰਕਾਰੀ ਦਫਤਰ ਖੁੱਲਣਗੇ ਤਾਂ ਇਸ ਦੇ ਨਾਲ ਪਾਰ ਕੰਜ਼ਮਪਸ਼ਨ ਰਿਡਿਊਸ ਕੀਤਾ ਜਾ ਸਕਦਾ ਹੈ ਬਿਜਲੀ ਦੀ ਖਪਤ ਵਿੱਚ ਬਚਾਅ ਕਰਨ ਲਈ ਵੱਡਾ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਔਰ ਨੋਟੀਫਿਕੇਸ਼ਨ ਵੀ ਇਸ ਨੂੰ ਲੈ ਕੇ جاری ਹੋਇਆ ਇਸ ਦੇ ਵਿੱਚ ਲਿਖਿਆ ਗਿਆ ਪਾਰ ਕੰਜ਼ਮਪਸ਼ਨ ਵਿੱਚ ਪੀਕ ਸਿਮਮਰਸ ਕੈਨ ਬੀ ਰਿਡਿਊਸਡ ਬਾਈ ਓਪਨਿੰਗ ਗਵਰਨਮੈਂਟ ਆਫਿਸਸ ਡੂਰਿੰਗ ਮਾਰਨਿੰਗ ਆਰਸ ਔਰ ਸਾਰੇ ਜਿਹੜੇ ਫੀਲਡ ਆਫਿਸਸ ਨੇ ਉਹ ਵੀ ਸਵੇਰੇ 7:30 ਵਜੇ ਖੁੱਲਣਗੇ 7:30 ਤੋਂ ਲੈ ਕੇ 2:00 ਵਜੇ ਤੱਕ ਸਰਕਾਰੀ ਦਫਤਰਾ ਦੇ ਵਿੱਚ ਕੰਮ ਚੱਲੇਗਾ ਸਿਵਲ ਸਕੱਤਰੇ ਤੇ ਅਦਰ ਹੈੱਡ ਆਫਿਸਸ ਦਾ ਵੀ ਸੇਮ ਟਾਈਮ ਰਹੇਗਾ ਤਾਂਕਿ ਬੈਟਰ ਕੰਟਰੋਲ ਤੇ ਕੋਆਰਡੀਨੇਸ਼ਨ ਹੋ ਸਕੇ ਤਾਂ ਇਹ ਵੀ ਲਿਖਿਆ ਗਿਆ ਕਿ ਪੰਜਾਬ ਗਵਰਨਮੈਂਟ ਦੇ ਆਫਿਸਸ ਜਿਹੜੇ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਨੇ 7:30 ਤੋਂ ਲੈ ਕੇ 2:00 ਵਜੇ ਤੱਕ ਖੁੱਲਣਗੇ 2 ਮਈ ਤੋਂ ਲੈ ਕੇ 15 ਜੁਲਾਈ 2023 ਤੱਕ ਇਹ ਫੈਸਲਾ ਲਾਗੂ ਰਹੇਗਾ ਉਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਈ ਹੈ ਪਹਿਲੇ ਚਰਚਾ ਸੀ ਉਸ ਨੂੰ ਲੈ ਕੇ ਅੱਤ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤਾਂ ਬਿਜਲੀ ਦੀ ਖਪਤ ਦੇ ਵਿੱਚ ਬਚਤ ਕਰਨ ਲਈ ਇਹ ਵੱਡਾ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ ਸਵੇਰ ਦੇ ਸਮੇਂ ਹੁਣ ਸਰਕਾਰੀ ਦਫਤਰ ਖੁੱਲਣਗੇ ਤਾਂ ਪਹਿਲੇ 9:25 ਤੱਕ ਇਹ ਸਮਾਂ ਹੁੰਦਾ ਸੀ ਪਰ ਹੁਣ ਇਸ ਸਮੇਂ ਦੇ ਵਿੱਚ ਬਦਲਾ ਕੀਤਾ ਗਿਆ ਸਰਕਾਰ ਵੱਲੋਂ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸਰਕਾਰੀ ਦਫਤਰਾ ਦੇ ਸਮੇਂ ਦੇ ਵਿੱਚ ਬਦਲਾ ਹੋਇਆ ਹੈ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਗਰਮੀਆਂ ਦੇ ਵਿੱਚ ਪਾਵਰ ਕੱਟ ਨਾ ਲੱਗਣ ਲੋਕਾਂ ਨੂੰ ਪਾਵਰ ਕੱਟ ਦਾ ਸਾਹਮਣਾ ਨਾ ਕਰਨਾ ਪਈ ਤਾਂ ਕਰਕੇ ਸਵੇਰ ਦੇ ਸਮੇਂ ਸਰਕਾਰੀ ਦਫ਼ਤਰ ਖੁੱਲਣਗੇ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਤੁਸੀਂ ਜਿੰਨੇ ਵੀ ਕੰਮ ਨੇ ਉਹ ਕਰਵਾ ਸਕਦੇ ਹੋ ਜਿਹੜੇ ਜੌਬ ਕਰਦੇ ਨੇ ਜਿਹੜੇ ਵਰਕਿੰਗ ਨੇ ਉਹਨਾਂ ਲਈ ਵੀ ਵੱਡੀ ਰਾਹਤ ਰਹੇਗੀ ਕਿਉਂਕਿ ਆਫਿਸ ਯਾ ਆਪਣੇ ਹੋਰ ਕਿਸੇ ਕੰਮ ਤੇ ਜਾਣ ਤੋਂ ਪਹਿਲੇ ਆਪਣਾ ਇਹ ਕੰਮ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਕਰਵਾ ਸਕਦੇ ਨੇ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਸਰਕਾਰੀ ਦਫ਼ਤਰ ਖੁੱਲੇ ਰਹਿਣਗੇ 2 ਮਈ ਤੋਂ ਲੈ ਕੇ 15 ਜੁਲਾਈ 2023 ਤੱਕ ਇਹ ਫੈਸਲਾ ਜਾਰੀ ਰਹੇਗਾ ਲਾਗੂ ਰਹੇਗਾ ਪਹਿਲੇ ਇਸ ਦੀ ਚਰਚਾ ਸੀ ਔਰ ਅੱਜ ਸਰਕਾਰ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ